ਇਹਨਾਂ ਨੇ ਇੱਥੇ ਨੇੜੇ ਦਾ ਸੂਬਾ ਉਹਦੇ ਵਿੱਚ ਛਾਲ ਮਾਰੀ ਸੀ। ਇੱਕ ਮਾਂ ਨੇ ਆਪਣੇ ਦੋ ਬੇਟਿਆਂ ਨੂੰ ਲੈ ਕੇ ਨਾਲ ਛਾਲ ਮਾਰੀ ਸੀ, ਜਿਹੜਾ ਸਾਡੇ ਸੁਣਨ ਦੇ ਵਿੱਚ ਆ। ਲੇਡੀ ਮਨਦੀਪ ਕੌਰ ਵਾਈਫ ਆਫ ਗੋਬਿੰਦ ਸਿੰਘ ਨੇ ਕਿ ਨਹਿਰ ਜਿਹੜੀ ਆਪਣੀ ਨਹਿਰ ਜਾਂਦੀ ਹੈ, ਸੂਆ ਜਾਂਦਾ, ਇਸ 'ਚ ਬੱਚਿਆਂ ਸਮੇਤ ਛਾਲ ਮਾਰਦੀ। ਪਹਿਲਾਂ ਮਾਂ ਅਤੇ ਬੇਟੇ ਨੂੰ ਲੈ ਕੇ ਆਏ ਸੀ, ਜਿਨ੍ਹਾਂ ਦੇ ਵਿੱਚ ਪਹਿਲਾਂ ਵਾਲਾ ਬੇਟਾ ਵੀ ਜਿਹੜਾ ਸੀ ਉਹ ਬਰੋਡ ਡੈਡੀ ਲੈ ਕੇ ਆਉਂਦਾ ਗਿਆ ਸੀ, ਅਤੇ ਹੁਣ ਇਹ ਦੂਜਾ ਬੱਚਾ ਲੈ ਕੇ ਆਏ ਨੇ ਤਾਂ ਉਹ ਵੀ ਡੈਡੀ ਸੀ। ਉਸ ਤੋਂ ਬਾਅਦ ਜੋ ਅਸੀਂ ਡਾਕਟਰ ਸਾਹਿਬ ਕੋਲ ਪਹੁੰਚਿਆ, ਉਸਦੇ ਰਿਗਾਰਡਿੰਗ ਬੱਚੇ ਦੀ ਇੱਕ ਦੀ ਰੈੱਡ ਬੋਡੀ ਪਹਿਲਾਂ ਰਿਕਵਰ ਹੋ ਗਈ ਸੀ ਅਤੇ ਦੂਸਰੇ ਦੀ ਬਾਅਦ 'ਚ ਰਿਕਵਰ ਕੀਤੀ ਗਈ ਹੈ। ਇਹਨਾਂ ਦਾ ਸਾਡੇ ਕੋਲ ਪਹਿਲਾਂ ਵੀ ਇਹਨਾਂ ਦੀ ਕੇਸ ਆਇਆ ਸੀ ਕਿ ਇਹ ਡਰਾਊਨਿੰਗ ਦਾ ਕੇਸ ਆ। ਇਹਨਾਂ ਨੇ ਇੱਥੇ ਨੇੜੇ ਦਾ ਸੂਬਾ ਉਹਦੇ ਵਿੱਚ ਛਾਲ ਮਾਰੀ ਸੀ। ਇੱਕ ਮਾਂ ਨੇ ਆਪਣੇ ਦੋ ਬੇਟਿਆਂ ਨੂੰ ਲੈ ਕੇ ਨਾਲ ਛਾਲ ਮਾਰੀ ਸੀ, ਜਿਹੜਾ ਸਾਡੇ ਸੁਣਨ ਦੇ ਵਿੱਚ ਆਇਆ। ਉਸ ਤੋਂ ਬਾਅਦ ਇਹ ਕੇਸ ਇੱਥੇ ਲੈ ਕੇ ਆਏ ਸਾਡੇ ਕੋਲ। ਪਹਿਲਾਂ ਮਾਂ ਅਤੇ ਬੇਟੇ ਨੂੰ ਲੈ ਕੇ ਆਏ ਸੀ, ਜਿਨ੍ਹਾਂ ਦੇ ਵਿੱਚ ਪਹਿਲਾਂ ਵਾਲਾ ਬੇਟਾ ਵੀ ਜਿਹੜਾ ਸੀ ਉਹ ਬਰੋਡ ਡੈਡੀ ਲੈ ਕੇ ਆਉਂਦਾ ਗਿਆ ਸੀ, ਅਤੇ ਮਾਂ ਬਚ ਗਈ ਸੀ ਤਾਂ ਉਹਨਾਂ ਨੂੰ ਫਰਦਰ ਮੈਨੇਜਮੈਂਟ ਦੇ ਲਈ ਅਸੀਂ ਅੱਗੇ ਰੈਫਰ ਕੀਤਾ ਹੋਸਪਿਟਲ ਦੇ ਵਿੱਚ। ਅਤੇ ਹੁਣ ਇਹ ਦੂਜਾ ਬੱਚਾ ਲੈ ਕੇ ਆਏ ਨੇ ਤਾਂ ਉਹ ਵੀ ਡੈਡੀ ਸੀਗਾ। ਤਾਂ ਸਾਰਾ ਕੁਛ ਉਹਨਾਂ ਨੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ, ਸਭ ਕੁਛ ਕਰਨ ਤੋਂ ਬਾਅਦ ਇਹੀ ਪਤਾ ਲੱਗਿਆ ਕਿ ਬੱਚਾ ਪਹਿਲਾਂ ਹੀ ਡੈੱਡ ਹੋ ਚੁੱਕਿਆ ਸੀ ਜੀ। ਸਾਨੂੰ ਇਸ ਬਾਬਤ 1:30 ਵਜੇ ਇੱਕ ਫੋਨ ਰਿਸੀਵ ਹੋਇਆ ਸੀਗਾ ਕਿ ਇੱਕ ਲੇਡੀ ਮਨਦੀਪ ਕੌਰ ਵਾਈਫ ਆਫ ਗੋਬਿੰਦ ਸਿੰਘ ਨੇ ਕਿ ਨਹਿਰ ਜਿਹੜੀ ਆਪਣੀ ਨਹਿਰ ਜਾਂਦੀ ਹੈ, ਸੂਆ ਜਾਂਦਾ, ਇਸ 'ਚ ਬੱਚਿਆਂ ਸਮੇਤ ਛਾਲ ਮਾਰਤੀ ਹੈ। ਉਸ ਤੋਂ ਬਾਅਦ ਜੋ ਅਸੀਂ ਡਾਕਟਰ ਸਾਹਿਬ ਕੋਲ ਪਹੁੰਚਿਆ, ਉਸਦੇ ਰਿਗਾਰਡਿੰਗ ਬੱਚੇ ਦੀ ਇੱਕ ਦੀ ਰੈੱਡ ਬੋਡੀ ਪਹਿਲਾਂ ਰਿਕਵਰ ਹੋ ਗਈ ਸੀ ਅਤੇ ਦੂਸਰੇ ਦੀ ਬਾਅਦ 'ਚ ਰਿਕਵਰ ਕੀਤੀ ਗਈ ਹੈ। ਅਤੇ ਬਾਕੀ ਪੁਲਿਸ ਕਾਰਵਾਈ ਜਾਰੀ ਹੈ, ਡੈੱਡ ਬੋਡੀਜ਼ ਆਪਣੇ ਪੁਲਿਸ ਦੇ ਕਬਜ਼ੇ ਵਿੱਚ ਨੇ। ਜੋ ਅਗਲੀ ਕਾਰਵਾਈ ਹੋਏਗੀ ਤੁਹਾਨੂੰ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ ਉਸ ਸੰਬੰਧੀ।